1984 ਦੇ ਦੰਗਿਆਂ ਤੋਂ ਬਾਅਦ ਦਿੱਲੀ ਤੋਂ ਇੱਥੇ ਜਲੰਧਰ ਆਏ ਪਰਮਜੀਤ ਸਿੰਘ ਨੂੰ ਕੁਕਿੰਗ ਦੇ ਹੁਨਰ ਤੋਂ ਬਾਅਦ ਵੀ ਪਰੇਸ਼ਾਨੀਆਂ ਨਾਲ ਜੂਝਦੇ ਹੋਏ ਛੋਲੇ ਕੁਲਚੇ ਦੀ ਰੇਹੜੀ ਲਗਾਉਣੀ ਪੈ ਰਹੀ ਹੈ। ਹਾਲਾਂਕਿ ਪਰਮਜੀਤ ਨੇ ਕਿਹਾ ਕਿ ਦੰਗਿਆਂ ਦੇ ਸਮੇਂ ਉਸਦੇ ਪਿਤਾ ਦਿੱਲੀ ਵਿੱਚ ਗਜ਼ਟਿਡ ਅਫਸਰ ਸਨ। ਪਰਮਜੀਤ ਸਿੰਘ ਭਾਟੀਆ, ਜੋ ਕਿ ਇੱਕ ਚੰਗੇ ਪਰਿਵਾਰ ਦੇ ਨਾਲ ਤਾਲੁਕ ਰੱਖਦੇ ਨੇ, 1984 ਵਿੱਚ ਦੰਗਿਆਂ ਦੇ ਦੌਰਾਨ ਜਦੋਂ ਉਹਨਾਂ ਨੇ ਦਿੱਲੀ ਛੱਡੀ ਤਾਂ ਉਸ ਵੇਲੇ ਤੋਂ ਅੱਜ ਤੱਕ ਮੁਸੀਬਤਾਂ ਦੇ ਨਾਲ ਹੀ ਜੂਝ ਰਹੇ ਨੇ। ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਕੁਕਿੰਗ ਦੇ ਵਿੱਚ ਬਹੁਤ ਮਾਹਿਰ ਨੇ। ਉਹ ਹਰ ਤਰ੍ਹਾਂ ਦਾ ਖਾਣਾ ਬਣਾ ਲੈਂਦੇ ਨੇ, ਚਾਹੇ ਉਹ ਇੰਡੀਅਨ ਫੂਡ ਹੋਵੇ, ਚਾਈਨੀਜ਼ ਹੋਵੇ, ਸਾਊਥ ਇੰਡੀਅਨ ਹੋਵੇ, ਹਰ ਤਰ੍ਹਾਂ ਦਾ ਖਾਣਾ ਬਣਾਉਣ ਦੇ ਵਿੱਚ ਉਹ ਮਾਹਿਰ ਨੇ। ਇਸ ਹੁਨਰ ਦੀ ਬਦੌਲਤ ਹੀ ਕਈ ਚੈਨਲਸ ਦੇ ਵਿੱਚ ਵੀ ਉਹ ਪਰਫੋਰਮ ਕਰ ਚੁੱਕੇ ਨੇ। ਪਰ ਫਿਰ ਵੀ ਅੱਜ ਸੜਕ ਦੇ ਕਿਨਾਰੇ ਆਪਣੇ ਬੇਟੇ ਦੇ ਨਾਲ ਚਨੇ ਕੁਲਚੇ ਦੀ ਰੇੜੀ ਲਗਾਉਣ ਦੇ ਲਈ ਮਜਬੂਰ ਨੇ। ਉਹਨਾਂ ਨੇ ਕਿਹਾ ਕਿ ਹਾਲਾਂਕਿ ਉਹਨਾਂ ਦਾ ਬੇਟਾ ਆਰਮੀ ਵਿੱਚ ਜਾਣਾ ਚਾਹੁੰਦਾ ਸੀ, ਪਰ ਵਕਤ ਦੀ ਮਾਰ ਨੇ ਉਸ ਨੂੰ ਵੀ ਉਹਨਾਂ ਦੇ ਨਾਲ ਛੋਲੇ ਕੁਲਚੇ ਵੇਚਣ ਦੇ ਲਈ ਮਜਬੂਰ ਕਰ ਦਿੱਤਾ। ਪਰਮਜੀਤ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਭਰਪੂਰ ਹੁਨਰ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਹਰ ਜਗ੍ਹਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਅੱਜ ਵਕਤ ਇਸ ਕਾਗਾਰ 'ਤੇ ਹੈ ਕਿ ਉਹ ਸੜਕ ਕਿਨਾਰੇ ਰੇੜੀ ਲਗਾ ਕੇ ਕੁਲਚੇ ਛੋਲੇ ਵੇਚ ਰਹੇ ਨੇ। ਨਕੋਦਰ ਤੋਂ ਆਏ ਟਰਾਂਸਪੋਰਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਜਲੰਧਰ ਦੇ ਵਿੱਚ ਕਿਸੇ ਕੰਮ ਤੋਂ ਆਏ ਸਨ। ਉਹਨਾਂ ਨੇ ਪਰਮਜੀਤ ਸਿੰਘ ਦੀ ਸਾਰੀ ਕਹਾਣੀ ਸੁਣੀ। ਉਹਨਾਂ ਨੇ ਇਹ ਵੀ ਦੱਸਿਆ ਕਿ ਪਰਮਜੀਤ ਚਨੇ ਕੁਲਚੇ ਬਹੁਤ ਹੀ ਸਵਾਦਿਸ਼ਟ ਬਣਾਉਂਦੇ ਨੇ, ਉਹਨਾਂ ਦੇ ਹੱਥ ਵਿੱਚ ਬਹੁਤ ਹੀ ਹੁਨਰ ਹੈ। ਜੇਕਰ ਕੋਈ ਅਜਿਹੇ ਵਕਤ ਦੀ ਮਾਰ ਨਾਲ ਪੀੜਿਤ ਹੈ ਤਾਂ ਸਰਕਾਰ ਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਮੈਂ ਰਵਿੰਦਰ ਸਿੰਘ ਨਕੋਦਰ ਤੋਂ ਹਾਂ, ਟਰਾਂਸਪੋਰਟਰ ਹਾਂ। ਇੱਥੇ ਲਾਡੋਵਾਲੀ ਰੋਡ ਆਇਆ ਸੀ ਗੱਡੀ ਦਾ ਕੰਮ ਕਰਾਉਣ ਨੂੰ, ਉੱਥੋਂ ਇੱਧਰ ਨਿਕਲਿਆ ਆਇਆ ਤਾਂ ਇੱਧਰ ਰੋਡ 'ਤੇ ਮੈਂ ਭਟੂਰੇ ਖਾਣ ਨੂੰ ਰੂਹ ਕੀਤੀ ਅਤੇ ਸਰਦਾਰ ਪਰਮਜੀਤ ਸਿੰਘ ਉਹਨਾਂ ਨੂੰ ਮਿਲਿਆ। ਇਹਨਾਂ ਤੋਂ ਭਟੂਰੇ ਇਹਨਾਂ ਦੀ ਲਾਈਫ ਬਾਰੇ ਪੁੱਛਿਆ। ਇਹਨਾਂ ਨੇ ਦੱਸਿਆ ਵੀ ਦਿੱਲੀ ਦੇ 84 ਦੇ ਦੰਗਿਆਂ ਦੇ ਅਸੀਂ ਬਹੁਤ ਜ਼ਿਆਦਾ ਟਾਈਟ ਹੋਏ ਹਾਂ, ਪਹਿਲਾਂ ਤਾਂ ਉੱਥੇ ਬੜੀ ਮਿਹਨਤ ਕੀਤੀ ਪਰ ਕਿਸੇ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਸਾਡੀ ਕੋਈ ਹੈਲਪ ਨਹੀਂ ਕੀਤੀ। ਹੁਣ ਦਿੱਲੀ ਛੱਡ ਕੇ ਇਹਨਾਂ ਨੂੰ ਵਿਚਾਰਿਆਂ ਨੂੰ ਇੱਥੇ ਜਲੰਧਰ ਆਉਣਾ ਪੈ ਗਿਆ। ਇੱਥੇ ਆ ਕੇ ਵੀ ਇਹਨਾਂ ਨੂੰ ਕੋਈ ਢੰਗ ਦਾ ਕੰਮ ਨਹੀਂ, ਵਿਚਾਰੇ ਰੋਡ ਦੇ ਉੱਤੇ ਰੇਹੜੀ ਲਾ ਕੇ ਅਤੇ ਭਟੂਰੇ ਵੇਚਦੇ ਆ, ਜਿਹੜੀ ਕਿ ਸਾਡੇ ਲਈ, ਸਾਡੀ ਸਰਕਾਰ ਲਈ ਬਹੁਤ ਜ਼ਿਆਦਾ ਦੁੱਖਦਾਇਕ ਆ। ਇਹ ਨਹੀਂ ਹੋਣਾ ਚਾਹੀਦਾ ਇਸ ਉਮਰ ਦੇ ਵਿੱਚ। ਇਹਨਾਂ ਬੰਦਿਆਂ ਨੂੰ ਆਰਾਮ ਦੀ ਲੋੜ ਸੀ ਪਰ ਅੱਜ ਵੀ ਭਟੂਰੇ ਵੇਚਣ ਲਈ ਮਜਬੂਰ ਆ। ਮੈਂ ਇੱਥੇ ਭਟੂਰੇ ਖਾਧੇ, ਭਟੂਰੇ ਇਹਨਾਂ ਦੇ ਬਹੁਤ ਸਵਾਦ ਸੀ, ਬਹੁਤ ਟੇਸਟੀ ਆ, ਪਰ ਮੈਂ ਇਹਨਾਂ ਬਾਰੇ ਜਾਣ ਕੇ ਮੇਰੇ ਮਨ ਨੂੰ ਬਹੁਤ ਦੁੱਖ ਹੋਇਆ ਅਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੇਰਾ ਮਨ ਕਿੰਨਾ ਦੁਖਿਆ ਵੀ। ਸਾਡਾ ਦੇਸ਼ ਅਸੀਂ ਇੰਨੀਆਂ ਗੱਲਾਂ ਕਰਦੇ ਹਾਂ ਵੀ ਸਾਡਾ ਭਾਰਤ ਮਹਾਨ ਆ, ਅਸੀਂ ਆਹ ਹੋ ਗਏ, ਅਸੀਂ ਉਹ ਹੋ ਗਏ, ਪਰ ਸਰਕਾਰਾਂ ਨੂੰ ਨੀਚਲੇ ਪੱਧਰ 'ਤੇ ਕੁਛ ਦੀਦਾ ਹੀ ਨਹੀਂ ਵੀ ਕਿਹੜੀ ਲਾਈਫ 'ਚ ਕਿਹੜਾ ਬੰਦਾ ਕੀ ਕੰਮ ਕਰ ਰਿਹਾ। ਮੇਰਾ ਪਰਮਜੀਤ ਸਿੰਘ ਭਾਟੀਆ ਜੀ ਸਰ। ਇੱਕ ਛੁੱਟੀ ਵੇਖਿਆ ਤੁਹਾਡੀ ਜਿਹੜੀ ਅਤੇ ਦਿੱਲੀ ਦੇ ਮਸ਼ਹੂਰ ਦੂਜੇ ਆ, ਇਹ ਕਿਉਂ ਲਿਖਿਆ ਕਿਤੋਂ ਕਿੱਥੋਂ ਜਲੰਧਰ ਤੋਂ ਬਲੋਗ ਕਰਦੇ ਹੋ? ਨਹੀਂ, ਮੈਂ ਦਿੱਲੀ ਤੋਂ 84 ਤੋਂ ਰਾਈਟਸ ਤੋਂ ਦਿੱਲੀ ਤੋਂ ਹੀ ਆਇਆ ਹੋਇਆ, ਫਿਰ ਮੈਂ ਖੰਨੇ ਆ ਗਿਆ ਸੀ, ਪਹਿਲੇ ਮਤਲਬ ਜਲੰਧਰ ਫਿਰ ਖੰਨੇ, ਖੰਨੇ ਹੀ ਮੈਂ ਕਾਫੀ ਟਾਈਮ ਤੋਂ ਰਹਿ ਰਿਹਾ। ਪ੍ਰੋਬਲਮ ਬਾਰੇ ਦੱਸੋ ਕੀ ਹੈ? ਮੈਂ ਸਰ ਮਤਲਬ ਕੁਕਿੰਗ ਦਾ ਇੱਕ ਕੰਮ ਬਹੁਤ ਵਧੀਆ ਸ਼ੁਰੂ ਤੋਂ 15 ਸਾਲ ਦੀ ਉਮਰ ਤੋਂ ਕਰਦਾ। ਮੈਂ ਜੀ ਖਾਣਾ ਖਜ਼ਾਨਾ ਚੈਨਲ 'ਤੇ, ਮਾਸਟਰ ਸ਼ੈਫ ਔਰ PTC 'ਤੇ ਮੈਂ ਆ ਚੁੱਕਾ ਅਤੇ ਮੈਨੂੰ ਕੁਕਿੰਗ ਦਾ ਸ਼ੁਰੂ ਤੋਂ ਬਹੁਤ ਸ਼ੌਂਕ ਹੈ, ਲੇਕਿਨ ਉਹਦਾ ਮੈਨੂੰ ਕੋਈ ਨਤੀਜਾ ਨਹੀਂ ਮਿਲਿਆ। ਮਤਲਬ ਕਿਧਰੇ ਹੋਟਲ 'ਚ ਜਾਂ ਕਿਧਰੇ ਬੜੇ ਮੈਂ ਧੱਕੇ ਖਾਧੇ, ਕਿਸੇ ਨੇ ਸਰਵਿਸ ਨਹੀਂ ਦਿੱਤੀ, ਕੋਈ ਵੀ ਕੰਮ ਚੱਲਣ 'ਤੇ ਆਉਂਦਾ ਨਹੀਂ ਆ। ਅਤੇ ਮੈਂ ਹਰ ਕੰਮ ਜਾਣਦਾ, ਮਿਕਸੀਆਂ, ਜੂਸਰ, ਹਰ ਤਰ੍ਹਾਂ ਦਾ ਕੰਮ ਵੀ ਜਾਣਨਾ, ਉਹ ਵੀ ਜਾਣਨਾ। ਕੁਕਿੰਗ 'ਚ ਤਾਂ ਮੈਂ ਪੂਰਾ ਮਾਹਿਰ ਹਾਂ, ਹਰ ਚੀਜ਼। ਇਹ ਨਹੀਂ ਕਿ ਮੈਂ ਛੋਲੇ ਹੀ ਬਣਾਉਣ, ਹਰ ਦੁਨੀਆ ਦੀ ਚੀਜ਼ ਬਣਾ ਸਕਣਾ ਵਧੀਆ, ਜਿਹੜੀ ਭਾਵੇਂ ਪਾਲਕ ਪਨੀਰ, ਸ਼ਾਹੀ ਪਨੀਰ, ਮਲਾਈ ਕੋਫਤਾ, ਦਾਲ ਮੱਖਣੀ, ਭਾਵੇਂ ਉਹ ਸਨੈਕਸ ਨੇ, ਭਾਵੇਂ ਉਹ ਹਲਵਾਈ ਵਾਲਾ ਕੰਮ ਹੈ, ਕੁਛ ਵੀ ਹੈ, ਨਹੀਂ ਮੈਂ ਚਾਈਨੀਜ਼ ਹੈ, ਇੰਡੀਅਨ ਹੈ, ਸਾਊਥ ਇੰਡੀਅਨ ਹੈ, ਮਤਲਬ ਸਭ ਜਾਣਦਾ।
ਮੈਂ ਸਰ ਉੱਥੇ ਮੇਰੇ ਫਾਦਰ ਗੈਸਟ ਆਫਿਸਰ ਸੀਗੇ ਦਿੱਲੀ ਨਿਰਮਾਣ ਭਵਨ ਦਿੱਲੀ ਲੋਧੀ ਕਲੋਨੀ 'ਚ ਰਹਿੰਦੇ ਸੀ। ਉੱਥੇ ਬਸ 84 ਦੇ ਰਾਈਡਸ ਜਦੋਂ ਹੋਏ ਨੇ ਤਾਂ ਅਸੀਂ ਮੈਂ ਗੁੜਗਾਵੇਂ ਸੀਗਾ ਤਾਂ ਗੁੜਗਾਵੇਂ ਮੈਂ ਮਤਲਬ ਮੈਨੂੰ ਪਤਾ ਨਹੀਂ ਸੀਗਾ ਵੀ ਮੈਂ ਤਾਂ ਟੈਕਸ ਭਰਨ ਗਿਆ ਸੀ ਅਤੇ ਗੱਡੀ ਦਾ, ਅਤੇ ਜਦੋਂ ਵਾਪਸੀ 'ਤੇ ਆ ਰਿਹਾ ਪੁਲਿਸ ਵਾਲਿਆਂ ਨੇ ਮੈਨੂੰ ਰੋਕ ਲਿਆ ਅਤੇ ਗੁੜਗਾਵਾਂ ਜਿੱਥੇ ਮਰੂਤੀ ਬਣਦੀ ਹੈ ਮੈਨੂੰ ਕਹਿੰਦੇ ਉਤਰੋ ਸਰਦਾਰ ਜੀ। ਮੈਂ ਕਿਹਾ ਕਿਆ ਬਾਤ ਹੋਈ, ਕਹਿੰਦਾ ਕਿ ਤੈਨ ਥਾਰੀ ਕਹਿ ਤੈਨੇ ਇੰਦਰਾ ਮਾਰ ਦੀ। ਮੈਨੇ ਕਿਹਾ ਮੈਨੇ ਕੋਲ ਤੋਂ ਪਤਾ ਤੱਕ ਨਹੀਂ ਹੈ ਮੈਂ ਕਿਉਂ ਮਾਰੂੰਗਾ, ਤੋ ਮੈਨੂੰ ਗਰਮਾਨ ਤੋਂ ਫੜ ਕੇ ਗਿੱਚੀਓਂ ਫੜ ਕੇ ਥੱਲੇ ਖਿੱਚਣ ਲੱਗ ਗਏ ਅਤੇ ਸਾਰੇ ਬੰਦੇ, ਅਤੇ ਉੱਥੇ 300-400 ਸਰਦਾਰ ਵੀ ਉਤਾਰੇ ਹੋਏ ਸੀ ਅਤੇ ਮੈਂ ਡਰ ਗਿਆ। ਮੈਨੂੰ ਇੱਕ ਮੈਂ ਭੱਜਿਆ ਉੱਥੋਂ, ਹੌਲੀ ਜਿਹਾ ਨਿਕਲ ਕੇ ਭੱਜ ਗਿਆ ਮੈਂ ਇਕਦਮ ਸਪੀਡ ਨਾਲ। ਟੱਕ ਵਾਲੇ ਨੇ ਟਰੱਕ ਹੌਲੀ ਕਰਤਾ, ਮੈਂ ਉਹਦੇ ਪਿੱਛੇ ਚੇਨ 'ਤੇ ਲਟਕ ਗਿਆ ਪਿਛਲੇ ਪਾਸੇ। ਇੰਨੇ ਨੂੰ ਮੇਰੇ ਕਿਰਪਾਨ ਮਾਰੀ ਅਤੇ ਮੇਰੇ ਉਂਗਲੀਆਂ ਕੱਢ ਦਿੱਤੀਆਂ ਉਹਨਾਂ ਨੇ, ਅਤੇ ਮੈਂ ਉਹਨੇ ਰੋਕਿਆ ਨਹੀਂ, ਮੈਂ ਵੀ ਟੀਟ ਹੋ ਕੇ, ਮੈਨੂੰ ਪਤਾ ਸੀ ਥੱਲੇ ਉਤਰਿਆ ਤਾਂ ਮਾਰ ਦੇਣਗੇ। ਤਾਂ ਮੈਂ ਲਟਕਦਾ ਹੀ ਧੌਲਾ ਖੂਹਾਂ ਤੱਕ ਗਿਆ, ਅੱਗੋਂ ਇੱਕ ਸੋਰ ਸੀ ਬੰਦੇ ਉਹਨਾਂ ਨੇ ਮੈਨੂੰ ਗੱਡੀ 'ਚ ਲਿਟਾ ਕੇ ਘਰ ਤੱਕ ਪਹੁੰਚਾਇਆ। ਅਤੇ ਅੱਗੇ ਧੌਲਾ ਮਤਲਬ ਸਫਤਰਜੰਗ ਤੋਂ ਲੰਘਣਾ ਸੀ, ਸਫਤਰਜੰਗ ਵੀ ਬਹੁਤ ਬੁਰਾ ਹਾਲ ਸੀ, ਬਹੁਤ ਮੁਸੀਬਤਾਂ ਸੀਗੀਆਂ। ਅਸੀਂ 4-5-6 ਦਿਨ ਘਰ ਵੀ ਬੜੇ ਮੁਸੀਬਤਾਂ ਨਾਲ ਕੱਟੇ। ਲੋਕ ਆਉਂਦੇ ਸੀ 5-5 ਹਜ਼ਾਰ 4-6 ਹਜ਼ਾਰ ਬੰਦਾ ਮਾਰਨ, ਕਿ ਬਹੁਤ ਕੁਛ ਕਹਿੰਦੇ ਸੀ, ਪਾਣੀ ਜ਼ਹਿਰ ਪਾਤਾ, ਇਹਨਾਂ ਨੇ ਸਿੱਖਾਂ ਨੇ ਇੰਦਰਾ ਮਾਰਤੀ, ਉਹ ਕਰਤੀ। ਅਸੀਂ ਪਤਾ ਬਹੁਤ 5-6 ਦਿਨ ਨਾ ਕੁਛ ਖਾਧਾ, ਬਹੁਤ ਡਰੇ ਹੋਏ ਅੰਦਰੋਂ, ਬੜਾ ਮੁਸ਼ਕਲ ਨਾਲ ਉਹ ਦਿਨ ਕੱਟੇ ਨੇ। ਤੁਹਾਡੇ ਬੇਟੇ ਦਾ ਡ੍ਰੀਮ ਸੀ ਪੜ੍ਹ ਲੈ ਕੇ ਆਰਮੀ 'ਚ ਜਾਣਾ, ਕੀ ਮਜਬੂਰੀ ਰਹਿ ਗਈ ਕਿ ਉਹਨੂੰ ਪੜ੍ਹਾ ਦੇਗਾ? ਸਰ ਮੈਂ ਪੜ੍ਹਾ ਬੇਟੀ ਨੂੰ ਵੀ ਨਹੀਂ ਬਹੁਤਾ ਪਾਇਆ, ਮੇਰੀ ਬੇਟੀ ਕਪੂਰਥਲੇ ਵਿਆਹੀ ਹੋਈ ਹੈ ਅਤੇ ਮੈਂ ਬੇੜੇ ਨੂੰ ਵੀ ਨਹੀਂ ਵਿਆਹ ਮਤਲਬ ਨਾਲ ਕੰਮ ਦੇ ਜੋੜਿਆ ਥੋੜ੍ਹਾ ਬਹੁਤ, ਕਿਉਂਕਿ ਮੇਰੇ ਕੋਲ ਇੰਨਾ ਹੈ ਹੀ ਨਹੀਂ ਸੀਗਾ, ਨਜ਼ਰ ਹੀ ਨਹੀਂ ਕੁਛ ਕੰਮ ਦਾ, ਕਮਾਉਂਦਾ ਹੀ ਨਹੀਂ ਪਤਾ ਸੀ ਕੋਈ, ਜਿੰਨਾ ਜਿੱਥੇ ਜਾਂਦੇ ਸੀ ਉੱਥੇ ਲੋਕ ਸਾਨੂੰ ਉਲਟਾ ਲੁੱਟ ਲੈਂਦੇ ਸੀ ਅਤੇ ਕੰਮ ਕੋਈ ਚੱਲਣ ਦਾ ਨਾਂ ਨਹੀਂ ਲਿਆਉਂਦਾ ਸੀ। ਬਹੁਤ ਪਰੇਸ਼ਾਨੀਆਂ ਕੱਟੀਆਂ, ਜਿੱਥੇ ਵੀ ਜਾਂਦੇ ਸੀ ਜਾਂ ਹੋਟਲ 'ਤੇ ਮੈਂ ਜਾਂ ਜਿੱਥੇ ਵੀ ਹੁੰਦਾ ਸੀ ਜਾਂਦਾ ਸੀ ਵੀ ਮੈਨੂੰ ਕੰਮ ਮਿਲ ਜਾਏ ਜਾਂ ਮੈਂ ਆਪਣਾ ਕਰਨ ਦੀ ਕੋਸ਼ਿਸ਼, ਮੈਨੂੰ ਮੇਰੇ ਕੋਲ ਪੈਸੇ ਨਹੀਂ ਸੀ ਹੁੰਦੇ ਚੰਗੀ ਜਗ੍ਹਾ 'ਤੇ ਆਪਣੀ ਸ਼ੋਪ ਖੋਲ੍ਹਣ ਵਾਸਤੇ ਜਾਂ ਕੁਝ, ਤਾਂ ਇੱਦਾਂ ਦੇ ਹੀ ਬਸ ਟੈਨਸ਼ਨਾਂ 'ਚ ਦਿਨ ਨਿਕਲ ਗਏ ਸਾਰੇ। ਇੱਕ ਮਾਂ ਬਾਪ ਦਾ ਸੁਪਨਾ ਹੁੰਦਾ ਜੋ ਕੰਮ ਆਪਾਂ ਨਹੀਂ ਪੂਰਾ ਕਰ ਪਾਏ ਉਹ ਸਾਡੇ ਬੱਚੇ ਪੂਰਾ ਕਰੇ, ਅਤੇ ਬੱਚੇ ਵੀ ਤਾਂ ਪੂਰਾ ਕਰ ਪਾਏ ਮੁਕਾਮ 'ਤੇ ਨਾ ਪਹੁੰਚ ਸਕਣ। ਦੇਖੋ ਇਹ ਤਾਂ ਘਰ ਦੀਆਂ ਪਰੇਸ਼ਾਨੀਆਂ ਨੇ, ਜੇ ਮੈਂ ਹੀ ਨਹੀਂ ਠੀਕ ਜਾਂ ਮੇਰੇ ਮਾਂ ਪਿਓ ਸੋਲਿਡ ਸੀ, ਉਹ ਰੱਬ ਗੌਰਮੈਂਟ ਨੇ ਤੋੜ 'ਤੇ ਮਤਲਬ ਗੈਸਟਡ ਆਫਿਸਰ ਸੀ, ਹੁਣ ਮੈਂ ਵਾਂ, ਮੈਂ ਕੁਛ ਕਰਦਾ ਦੁਨੀਆਂ 'ਚ। ਲੇਕਿਨ ਉਸ ਤੋਂ ਪਹਿਲੇ ਕਿ 84 ਦੇ ਮੈਨੂੰ ਇੱਧਰ ਦੰਗੇ ਹੋ ਗਏ ਅਤੇ ਇੱਧਰ ਆ ਕੇ ਮੇਰੇ ਮਾਂ ਪਿਓ ਡੈਥ ਹੋ ਗਈ, ਕਿਉਂਕਿ ਟਰੈਕਟਰ ਟਰਾਲੀ ਨਾਲ ਮੇਰੇ ਫਾਦਰ ਨੂੰ ਇੱਥੇ ਜਲੰਧਰ 'ਚ ਮਤਲਬ ਸਪੋਟ ਸਿਰ 'ਤੇ ਸੱਟ ਵੱਜਣ ਪਿੱਛੋਂ ਆ ਕੇ ਮਾਰਤਾ, ਅਤੇ ਉਹ ਮੇਰੀ ਮਦਰ ਵੀ ਮੈਂਟਲੀ ਹਾਲਤ ਹੋ ਗਈ, ਫਾਦਰ ਵੀ ਚਲੇ ਗਏ, ਮਦਰ ਵੀ ਚਲੇ ਗਏ, ਤਾਂ ਮੈਂ ਬਹੁਤ ਡਿਸਟਰਬ ਹੋਇਆ। ਅਤੇ ਮਤਲਬ ਹੈ ਕਿ ਮੈਂ 13 ਸਾਲ ਪਿੰਡ 'ਚ ਰਿਹਾ, ਉਟਾਲਾ ਸਮਰਾਲੇ ਦੇ ਕੋਲ 13 ਸਾਲ ਪਿੰਡ 'ਚ ਰਹੇ ਹਾਂ, ਅਤੇ ਜਦਕਿ ਐਡੇ ਵੱਡੇ ਸ਼ਹਿਰ 'ਚ ਮੈਂ ਰਿਹਾ, ਮੈਨੂੰ ਮੇਰੀ ਕੀ ਗਲਤੀ ਹੈ ਜਿਹੜਾ ਮੈਂ ਇੱਥੇ ਪਿੰਡਾਂ 'ਚ ਰਹਿ ਰਿਹਾ? ਅਤੇ ਮੈਂ ਇੱਕ ਹੋਣਹਾਰ ਬੰਦਾ ਹੋ ਕੇ, ਜਿਵੇਂ ਗਾਇਕ ਹੁੰਦਾ ਉਹ, ਹੁਣ ਗਾਇਕ ਆਪਣੀ ਆਵਾਜ਼ ਨਾਲ ਉਹ ਕਿੱਥੇ ਨਾ ਕਿੱਥੇ ਪਹੁੰਚ ਜਾਂਦਾ, ਮੈਂ ਆਪਣੀ ਕੁਕਿੰਗ 'ਚ ਮੈਨੂੰ ਕੋਈ ਇਹਦੇ 'ਚ ਅੱਗੇ ਲਿਜਾਣਾ ਹੀ ਨਹੀਂ ਚਾਹ ਰਿਹਾ। ਮੈਂ ਇੰਨੇ ਚੈਨਲਾਂ 'ਤੇ ਆਇਆ, PTC 'ਤੇ, ਮਾਸਟਰ ਸ਼ੈਫ ਸਭ 'ਤੇ, ਲੇਕਿਨ ਮੇਰਾ ਕੋਈ ਅੱਗੇ ਨਹੀਂ ਆ ਰਿਹਾ, ਮਤਲਬ ਕੋਈ ਮੇਰੇ ਲਈ ਕੁਛ ਨਹੀਂ ਕਰ ਰਿਹਾ, ਇਸ ਲਈ ਮੈਂ ਰੇਹੜੀ ਮਜਬੂਰ ਹੋ ਕੇ ਰੇਹੜੀ ਲਾ ਲਈ ਹੈ ਖੰਨੇ ਤੋਂ ਜਲੰਧਰ ਆ ਕੇ। ਤੁਹਾਡੇ ਕੋਲ ਤੁਸੀਂ ਦਾ ਇੰਨਾ ਹੁਨਰ ਹੋਣ ਦੇ ਮੁਤਾਬਕ ਵੀ ਸੜਕ 'ਤੇ ਰੇਹੜੀ ਲਗਾ ਰਹੇ ਹੋ, ਕੀ ਮੰਗ ਕਰਨਾ ਸਰਕਾਰ? ਮੇਰੇ ਕੋਲ ਜਦ ਕੁਛ ਮਿਲ ਹੀ ਨਹੀਂ ਰਿਹਾ, ਮੈਨੂੰ ਕੋਈ ਪੈਸਾ ਨਹੀਂ ਹੈ, ਮੇਰੇ ਕੋਲ ਕੁਛ ਨਹੀਂ ਹੈ, ਮੈਂ ਮਜਬੂਰ ਹਾਂ, ਫਿਰ ਮੈਂ ਰੋਟੀ ਦੇ ਘਰ ਦੇ ਬੱਚਿਆਂ ਨੂੰ ਖਵਾਉਣੀ ਹੈ, ਤਾਂ ਕਰਕੇ ਇਹ ਲਾਈਏ, ਮੈਂ ਬਹੁਤ ਮਜਬੂਰ ਹੋ ਕੇ ਇਹ ਲਾਇਆ, ਸਟੈਪ ਚੁੱਕਿਆ, ਮੈਂ ਕਦੀ ਜ਼ਿੰਦਗੀ ਜਿਹੜੀ ਨਹੀਂ ਲਾਈ, ਫਸਟ ਟਾਈਮ ਲਾਈ ਹੈ।
ਹੁਨਰ ਚਾਹੇ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਪਰ ਵਕਤ ਦੇ ਅੱਗੇ ਉਸ ਨੂੰ ਘੁਟਨੇ ਟੇਕਣੇ ਹੀ ਪੈਂਦੇ ਨੇ। ਜੋ ਪਰਮਜੀਤ ਸਿੰਘ ਨੂੰ ਦੇਖੀਏ ਸੱਚ ਸਾਬਿਤ ਹੁੰਦਾ ਨਜ਼ਰ ਆ ਰਿਹਾ ਹੈ। ਜਲੰਧਰ ਤੋਂ ਅੰਮ੍ਰਿਤਪਾਲ ਸਿੰਘ ਦੀ ਰਿਪੋਰਟ।